अमृतसर के बटाला रोड से स्थित नेटिंग फैक्ट्री नूं बीती रात अचानक अग लग गई, जिसने देखते ही देखते भयानक रूप धारण कर लिया। इसकी सूचना मिलदिया ही फायर ब्रिगेड की टीम ने मौके पर पहुंच के अग उपर काबू पाने दी कोशिशां शुरू कर दित्तियां। ते डेढ़ घंटे की सख्त मेहनत तो बाद जाके अग उपर काबू पाया। अग विच किसी किस्म का जानी नुकसान होने तो बचा हो गया। अग लगन के कारणों का अजे तक पता नहीं लगा है, पर दसिया जा रहा है कि अग शॉर्ट सर्कट कारण लगी सी। ਬਟਾਲਾ ਰੋਡ 'ਤੇ ਹੈ ਜੀ, 100 ਨੰਬਰ ਪਿੱਲਰ ਦੇ ਲਾਗੇ ਰਾਧਾ ਕ੍ਰਿਸ਼ਨ ਨਿਟਿੰਗ ਦੀ ਫੈਕਟਰੀ ਹੈ। ਉਹਦੇ ਕਰੀਬ 9:30 ਵਜੇ ਕੋਈ ਇਹੋ ਸ਼ਿਕਾਇਤ ਆ ਵੀ ਸ਼ਾਰਟ ਸਰਕਟ ਹੋਣ ਕਰਕੇ ਜਿਹੜੀ ਅੱਗ ਲੱਗੀ ਹੈ। ਉਹ ਕਾਫੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਾ ਕੇ ਕਾਫੀ ਜਦੋਂ ਜਾ ਕੇ ਲੱਗੇ ਹੋਏ ਨੇ। ਕੋਈ ਕਾਰਨ ਦਾ ਪਤਾ ਲੱਗਾ ਵੀ ਕਿਸ ਕਾਰਨ ਲੱਗੀ? ਕਾਰਨ ਅਜੇ ਤਾਂ ਕੋਈ ਇਹੋ ਜਿਹਾ ਪਤਾ ਨਹੀਂ ਲੱਗਾ, ਫਿਰ ਵੀ ਸ਼ਾਰਟ ਸਰਕਟ ਕਹਿ ਰਹੇ ਨੇ। ਤੇ ਕਿੰਨਾ ਕੁ ਨੁਕਸਾਨ ਕੋਈ ਇਹਦੇ ਬਾਰੇ ਜਾਣਕਾਰੀ? ਨੁਕਸਾਨ ਦੇਖਣ ਨੂੰ ਤਾਂ ਕਾਫੀ ਲੱਗਦਾ, ਪਰ ਫਿਰ ਵੀ ਉਹ ਮਾਲਕ ਤੋਂ ਸਹੀ ਲੈ ਜਾਏਗਾ। ਜਿਹੜੇ ਉਹਦੇ ਮਾਲਕ ਹੈਗੇ ਨੇ ਅਜੇ ਤੱਕ ਉਹਦੇ ਭਜਾਉਣ ਵਾਲੇ ਪਾਸੇ ਲੱਗੇ ਹੋਏ ਆ। ਬੈਕ ਸਾਈਡ ਤੋਂ ਕਹਿੰਦੇ ਵੀ ਕੰਧ ਤੋੜਨੀ ਪਈ, ਕੋਈ ਇਸ ਤਰ੍ਹਾਂ ਦੀ ਗੱਲ? ਹਾਂਜੀ ਹਾਂਜੀ, ਉਹ ਕੋਈ ਐਲ ਟਾਈਪ ਫੈਕਟਰੀ ਹੈਗੀ ਹੈ, ਇਸ ਕਰਕੇ ਪਿੱਛੇ ਕੰਟਰੋਲ ਨਹੀਂ ਹੋ ਰਿਹਾ। ਬੈਕ ਸਾਈਡ ਤੋਂ ਕੰਧ ਤੋੜ ਕੇ ਉਦੋਂ ਦੀ ਕੰਟਰੋਲ ਦੋਵੇਂ ਪਾਸੇ ਲੱਗੀ ਹੋਈ ਹੈ। ਫਿਰ ਕੋਈ ਜਾਨੀ ਨੁਕਸਾਨ ਤੇ ਨਹੀਂ ਆਇਆ ਸਰ? ਨਹੀਂ, ਇਹੋ ਜਿਹੀ ਕੁਛ ਨਹੀਂ। ਇਸੇ ਤਰ੍ਹਾਂ ਹੁਸ਼ਿਆਰਪੁਰ ਵਿਖੇ ਵੀ ਬੱਸ ਸਟੈਂਡ ਦੇ ਬਾਹਰ ਬੀਤੀ ਰਾਤ ਦੋ ਦੁਕਾਨਾਂ ਨੂੰ ਅਚਾਨਕ ਅੱਗ ਲੱਗ ਗਈ। ਰਾਗੀਰਾਂ ਨੇ ਦੱਸਿਆ ਕਿ ਪਹਿਲਾਂ ਤਾਂ ਦੁਕਾਨਾਂ ਵਿੱਚ ਧੂੰਆਂ ਨਿਕਲ ਰਿਹਾ ਸੀ ਤੇ ਅਚਾਨਕ ਇਹਨਾਂ 'ਚੋਂ ਲਪਟਾਂ ਨਿਕਲਣ ਲੱਗ ਪਈਆਂ, ਜਿਸ ਤੋਂ ਬਾਅਦ ਉਹਨਾਂ ਨੇ ਤੁਰੰਤ ਇਸ ਵਾਰੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਉੱਧਰ ਇਸ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ ਉੱਪਰ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਾ ਹੈ। ਮੈਂ ਜਸਵੰਤ ਸਿੰਘ, ਫਾਇਰ ਅਫਸਰ ਹੁਸ਼ਿਆਰਪੁਰ। ਸਾਨੂੰ 9:05 'ਤੇ ਫਾਇਰ ਕਾਲ ਗਈ, ਸ਼੍ਰੀ ਸ਼ਮੀ ਰੋੜਾ ਵੱਲੋਂ ਗਈ। ਉਹਨਾਂ ਨੇ ਕਿਹਾ ਵੀ ਬੱਸ ਸਟੈਂਡ ਦੇ ਸਾਹਮਣੇ ਫਰੂਟ ਮਾਰਕੀਟ ਜੋ ਜੂਸ ਮਾਰਕੀਟ ਆ, ਉਹਨੂੰ ਅੱਗ ਲੱਗ ਗਈ ਆ ਆਈਸਕ੍ਰੀਮ ਵਾਲੇ ਨੇ। ਅਸੀਂ ਵਿਦ ਇਨ 3-4 ਮਿੰਟ ਦੇ ਇੱਥੇ ਔਨ ਦੀ ਸਪੋਟ ਫਾਇਰ ਟੈਂਡਰ ਲੈ ਕੇ ਪਹੁੰਚੇ ਹਾਂ, ਵਿਦ ਕਰੂ ਲੈ ਕੇ ਪਹੁੰਚੇ ਹਾਂ, ਜਿਸ ਵਿੱਚ ਜਗਰੀਸ਼ ਕੁਮਾਰ ਹੌਲਦਾਰ, ਅਮਿਤਾਭ ਸਿੰਘ ਡਰਾਈਵਰ ਅਤੇ ਰਾਹੁਲ ਕੁਮਾਰ ਜੀ ਮੇਰੇ ਨਾਲ ਸਾਥ ਸੀ। ਮੈਂ ਖੁਦ ਇਸਦੀ ਅਗਵਾਈ ਕੀਤੀ ਹੈ ਅਤੇ ਆ ਕੇ ਦੇਖਿਆ ਵੀ ਸ਼ੋਰਟ ਸਰਕਟ ਦਾ ਪਤਾ ਲੱਗਿਆ ਵੀ ਅੱਗ ਲੱਗੀ ਹੈ। ਅਸੀਂ ਇਸ ਨੂੰ ਕਾਫੀ ਮੁਸ਼ਕਤ ਨਾਲ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਵਿੱਚ ਅਸੀਂ ਬਿਜਲੀ ਵਾਲਿਆਂ ਨੂੰ ਫੋਨ ਕੀਤਾ ਅਤੇ ਉਹਨਾਂ ਨੇ ਫੋਨ ਨਹੀਂ ਉਠਾਇਆ ਅਤੇ ਸਾਨੂੰ ਉਸ ਦਿੱਕਤ ਆਈ ਆ। ਸਾਡੇ ਜਗੇਸ਼ ਕੁਮਾਰ ਜੀ ਨੂੰ ਸ਼ੋਰਟ ਸਰਕਟ ਦਾ ਝਟਕਾ ਵੀ ਪਿਆ ਹੈ, ਲੇਕਿਨ ਆਪਾਂ ਉਸਨੂੰ ਕੰਟਰੋਲ ਕਰਕੇ ਅਤੇ ਅੱਗ ਬੁਝਾਈ ਹੈ, ਜਿਸ ਨਾਲ ਸਾਰੀ ਮਾਰਕੀਟ ਜਿਹੜੀ ਸੀਲਿੰਗ ਹੋਈ ਸੀ, ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਸੀ। ਕਿੰਨੀਆਂ ਕੁ ਦੁਕਾਨਾਂ ਦੇ ਵਿੱਚ ਨੁਕਸਾਨ ਹੋਇਆ? ਨਹੀਂ, ਇਹ ਆਪਣੇ 3 ਦੁਕਾਨਾਂ 'ਚ ਨੁਕਸਾਨ ਹੋਇਆ, ਬਾਕੀ ਦੁਕਾਨਾਂ 'ਤੇ ਬਚਾ ਲਈ ਗਈਆਂ। ਮੇਨ ਇੱਕ ਦੁਕਾਨ ਸੀ ਆਈਸਕ੍ਰੀਮ ਵਾਲੀ, ਉਸ ਦੇ ਨਾਲ ਸਾਈਡ ਲੱਗਦੀਆਂ ਜੋ ਸੀਲਿੰਗ ਹੋਈ ਸੀ ਉਹਦੇ ਵਿੱਚ ਨੁਕਸਾਨ ਹੋਇਆ, ਲੇਕਿਨ ਕਾਫੀ ਬਾਕੀ ਸਾਰੀ ਮਾਰਕੀਟ ਦਾ ਬਚਾਅ ਹੋ ਗਿਆ। ਰਮਨ ਕੁਮਾਰ ਜੀ, ਕੀ ਗੱਲ ਹੋ ਗਈ ਜੀ ਇੱਥੇ? ਸਰ ਪਤਾ ਨਹੀਂ, ਘਰ ਬੈਠੇ ਜੀ, ਘਰੋਂ ਫੋਨ ਆਇਆ ਕਹਿੰਦੇ ਤੁਹਾਡੀ ਦੁਕਾਨ 'ਤੇ ਅੱਗ ਲੱਗ ਗਈ। ਦੌੜ ਦੌੜੇ ਆਏ, ਆ ਕੇ ਦੇਖਿਆ ਉੱਥੇ ਅੱਗ ਦੇ ਮੁੰਡੇ ਵੜਦੇ ਪਏ ਸੀ, ਗੱਡੀ ਖੜੀ ਸੀ ਫਾਇਰ ਬ੍ਰਿਗੇਡ ਦੀ, ਇਹ ਲੱਗੇ ਸੀ ਕਿ ਜਿਹਨੇ ਪਹਿਲਾਂ ਤਾਲੇ ਤੋੜ ਕੇ ਕੀਤਾ। ਬੀਡੀਆ ਨੂੰ ਕਈ ਵਾਰ ਫੋਨ ਕੀਤਾ, ਫੋਨ ਹੀ ਜਗਦੇ ਪਏ ਸੀ। ਕਿੰਨੀ ਵਾਰ ਫੋਨ ਕੀਤਾ, ਕਦੇ ਬਾਅਦ 'ਚੋਂ ਆ ਕੇ ਕਿਹਾ ਜੋ ਸਾਰੇ ਅੱਗ ਵੀ ਹਾਲੇ ਫਿਰ ਬੀਡੀਆ ਵਾਲੇ ਆਏ ਨੇ, ਕਨੈਕਸ਼ਨ ਕੱਟਿਆ ਹੈਗਾ, ਕਹਿੰਦੇ ਸ਼ੋਰਟ ਸਰਕਟ ਨਹੀਂ ਕਰ ਸਕਦੇ। ਕਿੰਨਾ ਕੁ ਨੁਕਸਾਨ ਹੋਇਆ? ਸਰ ਕੋਈ ਬਾਰੀ ਐਸਟੀਮੇਟ ਕੋਈ ਨਹੀਂ ਜੀ, ਸਾਰੇ ਲੱਕੜ ਦਾ ਕੰਮ, ਸਾਰਾ ਲੱਕੜ ਸਵਾਹ ਹੋ ਗਿਆ ਹੈਗਾ। ਕਿੰਨੀਆਂ ਦੁਕਾਨਾਂ ਤੁਹਾਡੇ ਲੱਗੀ ਹੈ, ਕਿੰਨਾ ਨੁਕਸਾਨ ਹੋਇਆ ਦੁਕਾਨਾਂ ਨਾਲ? ਇਸ ਬਾਰੇ ਕੁਝ ਨਹੀਂ ਕਹਿ ਸਕਦੇ, ਕਹਿ ਸਕਦੇ ਜੀ ਇਹਦਾ ਪਤਾ ਲੱਗ ਗਿਆ ਜੀ। ਇਹ ਹੈ ਕਹਿਣਾ, ਮਤਲਬ ਕਿ ਬਿਲਕੁਲ ਹੀ ਜ਼ੀਰੋ ਹੀ ਹੋ ਗਿਆ। ਦਿੱਕਤ ਕੀ ਆਈ ਤੁਹਾਨੂੰ? ਫਾਇਰ ਬ੍ਰਿਗੇਡ ਜਿਹੜੀ ਆ ਬਿਜਲੀ ਵਾਲਾ ਕਹਿ ਰਿਹਾ, ਬਿਜਲੀ ਵਾਲਿਆਂ ਨੂੰ ਬਹੁਤ ਆਏ ਨਹੀਂ, ਕਈ ਫੋਨ ਹੀ ਚੱਕਦੇ ਪਏ, ਫੋਨ ਹੀ ਨਹੀਂ ਮਿਲਦਾ ਪਿਆ। ਉਹ ਚਾਰੇ ਕਿਹਾ ਕਹੀਏ ਤਾਂ ਕਹਿੰਦਾ ਸੀ ਬਿਜਲੀ ਅੰਦਰ ਸ਼ੋਰਟ ਸਰਕਟ ਹੋਇਆ, ਕਿੱਦਾਂ ਕੱਟਾਂਗੇ, ਕਿੱਦਾਂ ਮੈਂ ਤਾਰਾ ਕਰੰਟ ਮਾਰਦਾ ਅੰਦਰ, ਜਾਣ ਦਾ ਡਰ ਹੈ। ਫਿਰ ਵੀ ਕਹਿ ਰਹੇ ਨੇ, ਬੜੀ ਮਿਹਨਤ ਕੀਤੀ ਔਰ ਅੱਗ ਬੁਝਾਈ ਉਹਨਾਂ ਨੇ, ਬਹੁਤ ਸਿਫਤ ਉਹਨਾਂ ਦੀ ਬਿਜਲੀ ਮਹਿਕਮੇ ਦੀ। ਪਰ ਵੀ ਉਹਨਾਂ ਸਾਡੀ ਮਤਲਬ ਅੱਗ ਜਿੱਦਾਂ ਮਰਜ਼ੀ 10 ਮਿੰਟ ਲੇਟ ਆਉਂਦੇ ਜੀ, ਸਾਰੀਆਂ ਦੁਕਾਨਾਂ ਮਾਰੀ ਮਾਰ ਕੇ ਸਵਾਹ ਹੋਏ ਨੇ ਸੀ, ਸਾਰੀ ਲੱਕੜ ਦੀ ਮਾਰ ਕੇ 17-17 ਹੋ ਕੇ ਸਵਾਹ ਹੋਏ ਨੇ ਸੀ, ਇਹ ਮਿੰਟੋ ਮਿੰਟ ਹੀ। ਇਹ ਤਾਂ ਫਿਰ ਫਾਇਰ ਵਗੈਰਾ ਨੇ ਬਹੁਤ ਪਲਾਇਆ, ਟਾਈਮ ਲਾ ਕੇ ਕੀਤਾ, ਸਭ ਕੁਝ ਕੀਤਾ। ਅਸੀਂ ਇਹਨਾਂ ਦੇ ਬਹੁਤ ਜਿੰਨਾ ਜਿੰਨਾ ਕਿਰਾਇਆ ਲੈਂਦੇ, ਸਾਨੂੰ ਕਹਿੰਦੇ ਤੁਹਾਨੂੰ ਪੱਕੀਆਂ ਬਣਾ ਕੇ ਦੇਵਾਂਗੇ, ਪੱਕੀਆਂ ਬਣਾ ਕੇ ਕਿਰਾਇਆ ਜੀ 3500 ਰੁਪਏ ਕਿਰਾਇਆ ਕਰ ਦਿੱਤਾ ਨਾ, ਸਾਡਾ ਕਿਰਾਇਆ ਕਰਦੇ 4 ਸਾਲ ਹੋ ਗਏ, ਜੀਐਸਟੀ ਵੀ ਦਿੰਨੇ ਪਏ ਆ, ਸਭ ਦਿੰਨੇ ਪਏ, ਤਾਂ ਵੀ ਸਾਡਾ ਇਹਦਾ ਕਿਰਾਇਆ ਪੱਕੀਆਂ ਬਣਾ ਕੇ ਦੇਵਾਂਗੇ। ਆਪਾਂ ਸਾਨੂੰ ਕਹਿੰਦੇ ਸਾਡੀਆਂ ਦੁਕਾਨਾਂ ਕੀ ਤੁਹਾਡੇ ਦੁਕਾਨਾਂ ਤੁਸੀਂ ਬੰਦ ਕਰੋ, ਇਹ ਕੰਮ ਨਹੀਂ ਕਰ ਸਕਦੇ। ਅੱਜ ਡੀਸੀ ਸਾਹਿਬ ਕੋਲ ਜਾ ਕੇ ਆਏ, ਸਾਡੇ ਕੰਮ ਨੂੰ ਪਰਮਿਸ਼ਨ ਕੀਤੀ ਜਾਵੇ। ਡੀਸੀ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਗੱਲ ਨਹੀਂ, ਹਾਏ 31 ਮਈ ਤੱਕ ਰੁਕ ਜਾਓ, ਅਸੀਂ ਚਲੋ ਠੀਕ ਹੈ ਜੀ, ਅਸੀਂ ਬੰਦ ਕਰਕੇ ਬਹਿ ਗਏ ਅੱਜ ਵੀ। ਪੱਕੀਆਂ ਦੁਕਾਨਾਂ ਹੋਣਗੇ ਤੁਹਾਡੀਆਂ, ਸਾਡੇ 50 ਸਾਲ ਹੋ ਗਏ ਜੀ, 50 ਸਾਲ 20 ਸਾਲ ਬਾਅਦ ਉੱਧਰ ਪੱਕਾ ਹੋਇਆ।